ਖੜੀ ਹੈ ਨਾ, ਅੱਗੇ ਅੱਗੇ ਆ ਜਾਓ। ਕੋਈ ਗਾਉਣ ਦਾ ਸਵਾਦ ਤਦੇ ਆਉਂਦਾ ਜੇ ਕੋਈ ਸੁਣਨ ਵਾਲਾ ਹੋਵੇ ਤਾਂ। ਕੋਈ ਦਰੀਆਂ ਤੋਂ ਸੁਣਾਉਣਾ ਨਾ, ਮੈਂ ਬੰਦੇ ਸੁਣਾਉਣਾ ਹੁੰਦਾ ਨਾ। ਜਗਾ ਬਾਬਾ ਪਹਾੜੀ ਦਾ ਬਹੁਤ ਸੱਚੇ ਦਰਬਾਰ ਕੀ ਜੈ। ਮੇਰੇ ਅੱਗੇ ਤੂੰ, ਮੇਰੇ ਪਿੱਛੇ ਤੂੰ, ਮੇਰੇ ਪਿੱਛੇ ਤੂੰ, ਮੇਰੇ ਅੱਗੇ ਤੂੰ, ਮੇਰੇ ਸੱਜੇ ਤੂੰ ਤੇ ਮੇਰੇ ਖੱਬੇ ਤੂੰ। ਹਾਂਜੀ ਸੰਤ ਜੀ ਸਰਦਾਰ। ਮੇਰੇ ਪਿੱਛੇ ਤੂੰ, ਮੇਰੇ ਅੱਗੇ ਤੂੰ, ਮੇਰੇ ਸੱਜੇ ਤੂੰ, ਮੇਰੇ ਖੱਬੇ ਤੂੰ। ਮੈਂ ਜਿੱਧਰ ਦੇਖਾਂ ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਮੇਰਾ ਮੁਰਸ਼ਿਦ ਵੀ ਤੂੰ ਤੇ ਮੇਰਾ ਪੀਰ ਵੀ ਤੂੰ, ਮੇਰਾ ਮੁਰਸ਼ਿਦ ਵੀ ਤੂੰ ਤੇ ਮੇਰਾ ਪੀਰ ਵੀ ਤੂੰ। ਮੇਰੀ ਖੁਸ਼ੀਆਂ ਵੀ ਤੂੰ ਤੇ ਅੱਖਾਂ ਵਿੱਚ ਲਾਨੀਰ ਵੀ ਤੂੰ। ਸ਼ਿੰਦਾ ਗੁਰਾਇਆ ਵਾਲਾ ਇਸ ਤੋਂ ਵੱਧ ਹੋਰ ਕੀ ਆਖੇ, ਤੇ ਮੇਰੀ ਚੰਗੀ ਮਾੜੀ ਲਿਖਣੀ ਬੜਾ ਤਕਦੀਰ ਵੀ ਤੂੰ, ਤੇ ਮੇਰੀ ਚੰਗੀ ਮਾੜੀ ਲਿਖਣੀ ਬੜਾ ਤਕਦੀਰ ਵੀ ਤੂੰ। ਕਿਆ ਬਾਤ ਹੈ ਜੀ, ਸਾਊਂਡ ਆਪਰੇਟਰ ਹੈ ਪੀ ਜੀ ਗੋਬਿੰਦ ਲੈਟ ਸਾਊਂਡ, ਬਹੁਤ ਵਧੀਆ। ਹਾਂਜੀ ਕਿਆ ਬਾਤ ਹੈ, ਸਾਡੇ ਤੋਂ ਨਹੀਂ ਸੁਣੇ ਜੀ। ਤੇਰੀ ਜੈ ਜੈ, ਤੇਰੀ ਜੈ ਜੈਕਾਰ ਜੋਗੀਆ, ਤੇਰੀ ਜੈ ਜੈਕਾਰ।
ਇਕੱਠੇ ਹੋ ਕੇ ਵੀਰਾਂ ਨੇ, ਮਾਤਾਵਾਂ ਨੇ, ਭੈਣਾਂ ਨੇ, ਵੀਰਾਂ ਨੇ, ਬਾਬਾ ਬਾਲਕ ਨਾਥ ਦੀ ਚੌਂਕੀ, ਬਾਬਾ ਬੱਕਰੀ ਨਾਥ ਜੀ ਦੀ ਚੌਂਕੀ, ਗੁਰੂ ਗੋਰਖ ਨਾਥ ਜੀ ਦੀ ਚੌਂਕੀ, ਔਰ ਆਸਰਾ ਲਿਆ ਸੰਗਤਾਂ ਮਹਾਂਪੁਰਸ਼ਾਂ ਦਾ, ਭਗਤਾਂ ਦਾ, ਔਰ ਗੁਰੂਆਂ ਦਾ ਆਸਰਾ ਲੈ ਕੇ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ। ਮਗਰ ਕੁਛ ਸਾਲ ਕਰੋਨਾ ਦੀ ਪ੍ਰਕੋਪ ਦੇ ਕਾਰਨ ਇਹ ਪ੍ਰੋਗਰਾਮ ਸਾਡੇ ਨਹੀਂ ਹੋ ਸਕੇ, ਮਗਰ ਸ਼ਰਧਾ, ਪਿਆਰ ਅਤੇ ਸਹਿਯੋਗ ਜਿੱਥੇ ਹੋਵੇ, ਤੋ ਬੜੇ ਪਿਆਰ ਅਤੇ ਸਤਿਕਾਰ ਦਾ ਸਹਿਯੋਗ, ਸ਼ਰਧਾ, ਪਿਆਰ ਹੁੰਦੀ ਹੈ, ਤੋ ਉੱਥੇ ਆਪ ਮਾਲਿਕ ਆਪ ਬਸਦਾ ਹੈ। ਅੱਜ ਆਪ ਦਾ ਪਿਆਰ ਹੈ, ਦੇਖਣਾ ਆਪ ਦਾ ਪਿਆਰ ਕਿੰਨਾ ਸੱਚਾ ਹੈ, ਔਰ ਆਪ ਦਾ ਪਿਆਰ ਕਿੰਨਾ ਇਸ ਮਹਾਂਪੁਰਸ਼ਾਂ ਦੇ ਨਾਲ ਹੈ। ਅੱਜ ਆਪ ਦੇ ਦਰਮਿਆਨ ਬਾਬਾ ਭਰਤਰੀ ਨਾਥ ਜੀ, ਸਿੱਧ ਪੌਣਾ ਹਾਰੀ ਔਰ ਮਹਾਂਪੁਰਸ਼ਾਂ ਨੇ ਆਉਣਾ ਹੈ, ਤੋ ਦੇਖਣਾ ਕਿਹਦੀ ਕਿਹਦੀ ਅੱਖ ਉਸ ਨੂੰ ਦੇਖਣ ਵਾਲੀ ਔਰ ਕੌਣ ਕੌਣ ਉਹਨੂੰ ਦੇਖਣਾ ਚਾਹੁੰਦਾ, ਹੱਥ ਖੜੇ ਕਰਕੇ ਜੈਕਾਰਾ ਬੁਲਾਓ, ਜੈਕਾਰਾ ਸਿੱਧ ਪੌਣਾ ਹਾਰੀ ਦਾ। ਤੋ ਬਾਈ ਸੰਗਤਾਂ ਬਹੁਤ ਦੀਦਾਰ ਦੀਆਂ ਚਾਹਵਾਨ, ਔਰ ਕਹਿੰਦੇ ਨੇ ਦਰਦ ਮੰਦਾਂ ਨੂੰ ਸੇਜ ਫੁੱਲਾਂ ਦੀ ਮੂਲ ਆਰਾਮ ਨਾ ਆਵੇ, ਸੂਲਾਂ ਰੜਕਣ ਪਾਸ ਮਰੋੜੇ, ਗਮ ਦੇ ਤੀਰ ਚਲਾਵੇ, ਰੱਬ ਦੇ ਆਸ਼ਕ ਦੁਨੀਆਂ ਉੱਤੇ ਸਦਾ ਮੁਸਾਫਰ ਰਹਿੰਦੇ, ਨਿੱਤ ਤਿਆਰੀ ਜਾਵਣ ਕਾਰਨ ਪੈਰ ਪਸਾਰ ਨਾ ਵਹਿੰਦੇ। ਜਿਹਨਾਂ ਨੂੰ ਮਹਾਂਪੁਰਸ਼ਾਂ ਦੇ ਦਿਲ ਦੀ ਚਾਹ ਹੁੰਦੀ ਹੈ ਦਿਲ ਦੇ ਵਿੱਚ ਮਿਲਣੇ ਦੀ, ਉਹ ਕਦੀ ਪਿੱਛਾ ਨਹੀਂ ਦੇਖਦੇ, ਮੁੜ ਕੇ ਘਰ ਛੱਡ ਦਿੰਦੇ ਆ, ਮਗਰ ਆਪਣੇ ਮੁਰਸ਼ਦ ਦਾ ਦਰ ਨਹੀਂ ਛੱਡਦੇ। ਆਪਣੇ ਮੁਰਸ਼ਦ ਦੇ ਦਰ ਨੂੰ ਲੱਭਣ ਦੇ ਲਈ ਹਰ ਕੋਈ ਚਾਹਵਾਨ ਹੁੰਦਾ ਹੈ। ਤੋ ਆਪਦੇ ਦਰਮਿਆਨ ਛੋਟੀਆਂ ਦੋ ਬੱਚੀਆਂ, ਜਸ਼ਨਪ੍ਰੀਤ ਔਰ ਸੰਜਨਾ ਚੌਹਾਨ ਜੀ, ਆਪਣੇ ਮਿਊਜ਼ੀਸ਼ੀਅਨ ਪਾਰਟੀ ਦੇ ਨਾਲ ਪਹੁੰਚੇ ਹਨ। ਮੈਂ ਸੰਜਨਾ ਚੌਹਾਨ ਔਰ ਜਸ਼ਨਪ੍ਰੀਤ ਜੀ ਹੁਣ ਅੱਗੇ ਬੇਨਤੀ ਕਰਾਂਗਾ ਜਲਦੀ ਤੋਂ ਜਲਦੀ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਤੋ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਸੋਨੂੰ ਕੈਮਰੇ ਵਾਲਾ, ਜਿਨ੍ਹਾਂ ਨੇ ਆਪ ਨੂੰ ਚੈਨਲਾਂ ਦੇ ਉੱਤੇ, ਵੱਖ ਵੱਖ ਚੈਨਲਾਂ ਦੇ ਉੱਤੇ ਵੀ ਸੰਪਰਕ ਕਰਕੇ ਦਿਖਾਉਣਾ ਹੈ ਇਸ ਮੇਲੇ ਨੂੰ, ਇਸ ਪ੍ਰੋਗਰਾਮ ਨੂੰ। ਔਰ ਗੋਬਿੰਦ ਸੌਂਗ ਸਰਵਿਸ ਬਹੁਤ ਵਧੀਆ, ਹਰ ਜਗ੍ਹਾ, ਹਰ ਵਿਆਹ ਸ਼ਾਦੀ 'ਤੇ, ਹਰ ਪ੍ਰੋਗਰਾਮਾਂ ਦੇ ਉੱਤੇ ਇਹਨਾਂ ਨੇ ਵੀ ਆਪਣੀ ਸਾਊਂਡ ਲਗਾ ਕੇ ਬਹੁਤ ਸੁਚੱਜੇ ਢੰਗ ਦੇ ਨਾਲ ਇਹ ਆਪਣਾ ਪ੍ਰੋਗਰਾਮ ਪੇਸ਼ ਕਰਵਾਉਂਦੇ ਨੇ ਕਲਾਕਾਰਾਂ ਨੂੰ, ਔਰ ਮਜੀਸ਼ੀਅਨ ਕਲਾਕਾਰ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ। ਤੋ ਮੈਂ ਬੇਨਤੀ ਕਰਾਂਗਾ ਗਣਪਤ ਗਣੇਸ਼ ਦੇਵ ਜੀ ਦੇ ਨਾਲ ਲੈ ਕੇ ਜਸ਼ਨਪ੍ਰੀਤ ਔਰ ਸੰਜਨਾਪ੍ਰੀਤ ਜੀ ਸਾਡੇ ਦਰਮਿਆਨ ਪਹੁੰਚੇ ਹਨ। ਇਸ ਪ੍ਰੋਗਰਾਮ ਦੀ ਜੋ ਹੈ ਸਲਾਨਾ ਭੰਡਾਰਾ ਸਿੱਧ ਬਾਬਾ ਬਾਲਕ ਨਾਥ ਪ੍ਰਬੰਧਕ ਕਮੇਟੀ ਵੱਲੋਂ ਔਰ ਸਿੱਧ ਬਾਬਾ ਭਰਤਰੀ ਨਾਥ ਜੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ, ਔਰ ਜਿਸ ਦੇ ਦਰਮਿਆਨ ਸਾਡੇ ਦਰਮਿਆਨ ਸੰਤ ਵਿਵੇਕ ਨਾਥ ਜੀ ਮਹਾਕਾਲ ਮੰਦਰ ਤੋਂ ਪਹੁੰਚੇ ਹਨ, ਔਰ ਹੋਰ ਵੀ ਮਹਾਂਪੁਰਸ਼ ਸਾਡੇ ਦਰਮਿਆਨ ਪਹੁੰਚੇ ਹਨ, ਔਰ ਮਹੰਤ ਜੀ ਸਾਡੇ ਦਰਮਿਆਨ ਪਹੁੰਚੇ ਹਨ, ਔਰ ਸਾਡੇ ਦਰਮਿਆਨ ਹੋਰ ਵੀ ਉੱਗੇ ਸੂਝਵਾਨ ਜਿਸ ਇਲਾਕੇ ਦੇ ਨੇਤਾ ਔਰ ਚੇਅਰਮੈਨ ਸਾਹਿਬ ਵੀ ਪਹੁੰਚੇ ਹਨ, ਔਰ ਦਾਰਾ ਸਿੰਘ ਜੀ ਚੇਅਰਮੈਨ ਫਲੌਰ ਤੋਂ ਉਹ ਵੀ ਸਾਡੇ ਦਰਮਿਆਨ ਪਹੁੰਚਣ ਵਾਲੇ ਹਨ। ਅਸੀਂ ਇਹਨਾਂ ਦਾ, ਇਸ ਪ੍ਰੋਗਰਾਮ 'ਤੇ ਆਏ ਹੋਏ ਸਾਰੇ ਸੱਜਣਾਂ ਦਾ, ਸੰਤ ਮਹਾਂਪੁਰਸ਼ਾਂ ਦਾ, ਮਹੰਤ ਜੀ ਦਾ ਬਹੁਤ ਬਹੁਤ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਇਹਨਾਂ ਮਹਾਂਪੁਰਸ਼ਾਂ ਦਾ ਹੱਥ ਸਦਾ ਹੀ ਇਹਨਾਂ ਪ੍ਰਬੰਧਕ ਕਮੇਟੀ ਦੇ ਸੇਵਕਾਂ 'ਤੇ ਬਣਿਆ ਰਹੇ, ਔਰ ਜਿਸ ਦੇ ਦਰਮਿਆਨ ਆਗਿਆ ਉਸ ਪਰਮਾਤਮਾ ਦੀ ਹੁੰਦੀ ਹੈ, ਗੁਰੂਆਂ ਦੀ ਹੁੰਦੀ ਹੈ, ਔਰ ਗਣੇਸ਼ ਵੰਦਨਾ ਦੇ ਨਾਲ ਤੁਹਾਡੇ ਦਰਮਿਆਨ ਆ ਰਹੇ ਹਨ ਸੰਜਨਾ ਚੌਹਾਨ ਔਰ ਜਸ਼ਨਪ੍ਰੀਤ ਜੀ, ਔਰ ਬੜੇ ਪਿਆਰ ਦੇ ਨਾਲ ਅਗਲਾ ਪ੍ਰੋਗਰਾਮ ਸੁਣਨ ਦੀ ਕਿਰਪਾ ਕਰੋ। ਜੈਕਾਰਾ ਪੌਣਾ ਹਾਰੀ ਦਾ, ਬੋਲ ਸਾਚੇ ਦਰਬਾਰ ਕੀ। ਸਾਰੀ ਹੀ ਸਾਧ ਸੰਗਤ ਨੂੰ ਮੇਰੇ ਵੱਲੋਂ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਜੈਕਾਰਾ ਪੌਣਾ ਹਾਰੀ ਜੀ ਦਾ, ਬਹੁਤ ਸਾਚੇ ਦਰਬਾਰ ਕੀ ਜੈ। ਜਿਸਕੇ ਵੀ ਦਿਲ ਮੇ ਤੇਰਾ ਨਾਮ ਹੈ।
परवाही क्या उसका आरंभ कैसा है और कैसा परिणाम है। धरती अंबर सितारे इसकी नजरे उतारे, घर भी उससे डरा रे जिसकी रखवाली आरे। करता साया तेरा हे देवा श्री गणेश। Thank you.
ਬਿਨਾਂ ਜੀ ਦਾ ਬੋਲ ਸਾਰੇ ਦਰਮਿਆਂਗਾ ਸਾਜੀਆਂ ਦੇ ਸਮੇਤ ਤਿਆਰ ਰਹਿਣ ਔਰ ਦੋ ਬੰਦਨਾ ਸਿੱਧ ਬਾਬਾ ਬਾਲਕ ਨਾਥ ਜੀ ਦੇ ਚਰਨਾਂ ਵਿੱਚ ਕਹਿਣਗੇ ਆ ਸੰਜਨਾ ਔਰ ਜਸ਼ਨਪ੍ਰੀਤ ਜੀ ਚੌਹਾਨ। ਜੇ ਮਾਤੇ ਅਰਧ ਚੰਦਰਾ ਸਾਜੇ ਜਟਾ ਜੂਟ ਮੇ ਗੰਗ ਵਿਰਾਜੇ ਮਾਤੇ ਅਰਧ ਚੰਦਰਾ ਸਾਜੇ ਜਟਾ ਜੂਟ ਮੇ ਗੰਗ ਵਿਰਾਜੇ ਮਾਤੇ ਅਰਧ ਚੰਦਰਾ ਸਾਜੇ ਜਟਾ ਜੂਟ ਮੇ ਗੰਗ ਵਿਰਾਜੇ ਮਾਤੇ ਅਰਧ ਚੰਦਰਾ ਸਾਜੇ।
महापुरुषों का हरमन जी का बहुत बहुत तहे दिलों शुक्र गुजार करते हैं जिन्होंने इस निवाणिया बेटिया अपने इस दरबार के उत्ते सेवा करने का मौका विकसित किया है और इन्होंने बेटिया ने आप दे ही परिवारों के बीच रह के आप दे ही इस दरबार के इस उपमा गाना सीखा है। तो इन बेटिया सतगुरु बाबा बालकनाथ जी मेहर पर याद रखन, महापुरुष मेहर पर याद रखन और इस तरह इस बच्चियों के मेहर पर याद रखन और कृपा कर जय बाबा बालकनाथ सेवा सोसायटी सरगुंदी रोड गुराया वालों बड़ी श्रद्धा प्रेम सत्कार के नाल सिद्ध बाबा बालकनाथ जी की चौंकी करवाई जा रही है। तो समूह संगतों को बेनती है अगले ऐतवार निका गुराया वाला अपनी पार्टी समेत स्टेज पर आने की कृपालता करें जी। निका गुराया वाला जमाले बिच तुरिया और मूह दे बिच राम राम ते बगल च सुरियां ताइयो छंदा दसदा है गल्ला जो जो खुरियां। हाँ जी चाकी तैयार है जी लगे लो कहिंदा सिद्ध जोग ही बचावे बंदा बचदा ए दो गले बंदिया तो जे दो गले आ कहिंदा कुछ है करते कुछ हो रहा रब ही बचावे बंदा बचदा दो गले बंदिया तो नहीं तो सारी उम्र ईशान है तो नचदा दो गले बंदिया तो शिंदा है मैंने गुराया बड़ा दसदा दोगले बंदिया तो रब ही बचावे बंदा बचता दोगले बंदिया तो जे चंगा लगे तो ताड़िया मार जाओ ये तो तुहाडी मर्जी वो तो बैठा ही जाना जगरा बाबा पणारी दा बहुत सच्चे दरबार की जय।
शिव से कहते हैं।
Go!
सोफा हारना पैंदा है सुरां नूं जित्तण लई मन मारना पैंदा है सुरां नूं जित्तण लई सौ बार हारना पैंदा है सुर ते ताली ते सुख नहीं मिलते जिंदगी विच इहनां दा मुल उतारना पैंदा है जिंदगी विच इहनां दा मुल उतारना भगत की कहना वो कुंडा खोल दे ਸਾਰੇ ਹੀ ਅੜਾਉਂਦੇ ਨੇ ਮੇਰੀ ਕੱਟਣ ਨੂੰ ਕਰਦੇ
ਮੈਂ ਵੀ ਤਾਂ ਜਾਣਾ ਜੇ ਮੈਨੂੰ ਵੀ ਤਾਰੇ ਮੈਂ
ਦਾ ਦਰ ਦੇ ਮਿਲ ਤਾਰੇ।